ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਿਹਾਰੀ ਕੁਦਰਤ ਵਸਿਆ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਮੋਲੀ ਧਰਤੀ ਮੋਲਿਆ ਆਕਾਸ਼। ਅਸੀਂ ਰੋਜ਼ ਇਹ ਗੁਰਬਾਣੀ ਸ਼ਬਦ ਪੜ੍ਹਦੇ ਹਾਂ। ਇਸ ਦਾ ਸੰਦੇਸ਼ ਇਹੀ ਹੈ ਕਿ ਅਕਾਲ ਪੁਰਖ ਕੁਦਰਤ ਦੇ ਵਿੱਚ ਸਮਾਇਆ ਹੈ। ਜਿਹੜਾ ਉਹਦਾ ਸਰਗੁਣ ਰੂਪ ਹੈ ਉਹ ਸਾਡੇ ਸਵੱਛ ਪਾਣੀ ਸਵੱਛ ਹਵਾ ਅਤੇ ਹਰੇ ਭਰੇ ਇਹ ਸਾਡੇ ਪੇੜਾਂ ਦੇ ਵਿੱਚ ਹੈ। ਇਹੀ ਨਿਸ਼ਾਨੇ ਨੂੰ ਲੈ ਕੇ ਚੜ੍ਹਦੀ ਕਲਾ ਕਲਾ ਮਾਡਲ ਟੋਨ ਐਕਸਟੈਂਸ਼ਨ ਬਲੀ ਬਲਾਕ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਪਿਛਲੇ 2 ਦਿਨ ਤੋਂ ਪੇੜ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ, ਜੋ ਕਿ ਕੋਚਰ ਪਾਰਕ ਮਾਡਲ ਟੋਨ ਐਕਸਟੈਂਸ਼ਨ ਤੋਂ ਸ਼ੁਰੂ ਹੋਈ, ਫਿਰ ਖੁਰਾਣਾ ਪਾਰਕ, ਫਿਰ ਅੱਜ ਦੀ ਸੇਵਾ। ਸਾਰੇ ਵੀਰਾਂ ਨੇ ਇੱਕੋ ਸਿੱਖ ਅਤੇ ਚੜ੍ਹਦੀ ਕਲਾ ਕਲੱਬ ਦੇ ਮੈਂਬਰਾਂ ਨੇ ਇਹ ਲਿੰਕ ਰੋਡ ਹੈ ਜੋ ਸ਼ਮਸ਼ਾਨ ਘਾਟ ਦੇ ਨਾਲ, ਇਹ ਡਿਵਾਈਡਰ ਦੇ ਫਿਰ ਉਸ ਤੋਂ ਬਾਅਦ ਸ਼ਮਸ਼ਾਨ ਘਾਟ ਜਿੱਥੇ ਕਿ ਬਹੁਤ ਹਰਿਆਲੀ ਦੀ ਰੁੱਤ ਉੱਥੇ ਲਾਏ। ਇਹ ਅਖੀਰਲਾ ਸਾਡਾ ਪੜਾਅ ਸੀ ਜਿਹੜਾ ਸੀ ਪਿਨੈਕਲ ਸੀ ਅੱਜ ਦਾ, ਉਹ ਹੈ ਲੇਅਰ ਵੈਲੀ, ਜਿਹੜੀ ਕਿ ਬਿਲਕੁਲ ਜਿਹਦੀ ਦੇਖਭਾਲ ਨਹੀਂ ਹੋ ਰਹੀ ਸੀ, ਪਰ ਅੱਜ ਬੱਚਿਆਂ ਨੇ ਇੱਕੋ ਸਿੱਖਦਿਆਂ ਨੇ ਕਮਾਲ ਦਾ ਕੰਮ ਕੀਤਾ ਹੈ ਇਹਨੂੰ ਹੋਰ ਭਰਾ ਹਰਾ ਭਰਾ ਕਰਨ ਲਈ। ਅੱਜ 100 ਤੋਂ ਉੱਪਰ ਬੂਟੇ ਅੱਜ ਲੇਅਰ ਵੈਲੀ 'ਚ ਲਾਏ ਹਨ। ਜਿਹੜੀ ਇਹ ਲਹਿਰ ਚੱਲ ਰਹੀ ਹੈ ਅੱਜ ਇਹ ਪੇੜ ਲਗਾਉਣ ਦੀ, ਇਹ ਸਮਰਪਿਤ ਹੈ 550 ਸਾਲਾਂ ਗੁਰੂ ਨਾਨਕ ਦੇਵ ਉਤਸਵ ਤੋਂ ਜੋ ਮਨਾ ਰਹੇ ਹਾਂ। ਸੋ ਇਹ ਨਿਸ਼ਾਨੀ ਦੀ ਪੂਰਤੀ ਲਈ ਅਸੀਂ ਹੋਰ ਵੀ ਲੁਧਿਆਣੇ ਅਤੇ ਪੰਜਾਬ ਦੇ ਕੋਨੇ ਕੋਨੇ 'ਚ ਪੇੜ ਲਗਾ ਕੇ ਗੁਰੂ ਨਾਨਕ ਦਾ ਜੋ ਸੰਦੇਸ਼ ਹੈ ਬਲਿਹਾਰੀ ਕੁਦਰਤ ਵਸਿਆ ਇਹ ਘਰ ਘਰ ਪਹੁੰਚਾਵਾਂਗੇ। ਸੋ